वाहिगुरु जी का खालसा वाहिगुरु जी की फतेह। गुरु प्यारियो, सिख इतिहास नाल जुड़े असी तुहानू बहुत सारे इतिहासिक स्थानों के दर्शन करवाए हैं। अज असी तुहानू उस इतिहासिक स्थान के दर्शन करवाने जा रहे हैं जिथे माता गुजर कौर अते छोटे साहबजाद्यां नू कैद करके जेल में रखा गया सी, जिस जेल नू अज भी उस तरह बरकरार रखा गया है। उदा ही इस जेल की सांभ की गई है जिस दिख विच यह जेल पहला हुंदी सी। बस फर्क यह है कि हुण इस जेल नू गुरु घर बना दिता गया है। आओ दर्शन करते हैं गुरुद्वारा श्री कोतवाली साहिब मोरिंडा दे, याद करते हैं छोटियां जिंदां नाल होए वड्डे साकियां नू, छोटियां जिंदां दियां दित्तियां वड्डियां कुरबानियां नू। हाँ जी, वाहेगुरु जी का खालसा वाहेगुरु जी की फतेह। सतगुरु जी आयो, अज तुहानू दर्शन करावांगे गुरुद्वारा कोतवाली साहिब मोरिंडा, जिथे कि छोटे साहबजादे कैद किए थे मुगलों ने। सो ये वो कह लिए भी जेल है पुरानी, जिथे छोटे साहबजादे कैद किए थे माता गुजरी जी नाल। तुम दर्शन विधि कर सकते हो जी, ये मोरिंडे देखो वह गुरु घर, ये उही जेल है जी। ਇਹ ਜੇਲ ਹੈ ਜੀ ਉਹ, ਜਿੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਇੱਥੇ ਕੈਦ ਕਰਕੇ ਰੱਖੇ ਸਨ। ਇਹ ਪਵਿੱਤਰ ਜਗ੍ਹਾ ਜੀ, ਦਰਸ਼ਨ ਮਿਲੇ ਕਰ ਸਕਦੇ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਇਸ ਕੋਠੜੀ ਦੇ ਵਿੱਚ ਰੱਖੇ ਸਨ ਇਹਨਾਂ ਨੇ। ਇਸ ਤੋਂ ਬਾਅਦ ਫਿਰ ਇਹਨਾਂ ਨੂੰ ਪੇਸ਼ ਕੀਤਾ ਗਿਆ ਅੱਗੇ ਸਰਹੰਦ, ਸੂਬਾ ਸਰਹੰਦ ਦੇ ਕੋਲ। ਸੋ ਇਹ ਉਹ ਜਗ੍ਹਾ ਹੈ ਉਸ ਸਮੇਂ ਦੀ ਪੁਰਾਤਨ, ਜੋ ਕਿ ਕੋਠੜੀ ਹੈ ਜੇਲ੍ਹ। ਗੁਰਦੁਆਰਾ ਕੋਤਵਾਲੀ ਸਾਹਿਬ ਇਹਦਾ ਨਾਮ ਹੈ ਜੀ, ਛੋਟੇ ਸਾਹਿਬਜ਼ਾਦਿਆਂ ਦਾ ਅਸਥਾਨ ਹੈ। ਇਹ ਬਹੁਤ ਸੰਗਤਾਂ ਆਉਂਦੀਆਂ ਇੱਥੇ ਦਰਸ਼ਨ ਮੇਲੇ ਕਰਨ ਸੁਬਹਾ ਸ਼ਾਮ। ਸੋ ਮਹਾਰਾਜ ਕਿਰਪਾ ਬਣਾਈ ਉੱਥੇ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਉਦੋਂ ਤੱਕ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਅੰਤ ਤਾਂ ਇੱਕੋ ਹੀ ਗੱਲ ਕਹਿਣੀ ਚਾਹਾਂਗੇ, ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਪ ਨੂੰ ਬਾਣੀ ਬਾਣੇ ਦੇ ਨਾਲ ਜੋੜ ਕੇ ਰੱਖੀਏ, ਗੁਰੂ ਦੀ ਬਾਣੀ ਨਾਲ ਜੋੜ ਕੇ ਰੱਖੀਏ, ਆਪਣੀਆਂ ਨਵੀਆਂ ਪੀੜ੍ਹੀਆਂ ਨਵੀਆਂ ਪਨੀਰੀਆਂ ਨੂੰ ਗੁਰੂ ਦੇ ਲੜ ਲਾ ਕੇ ਰੱਖੀਏ, ਉਹਨਾਂ ਨੂੰ ਆਪਣਾ ਇਤਿਹਾਸ ਸੁਣਾਈਏ, ਪੜ੍ਹਾਈਏ, ਦੱਸੀਏ ਕਿ ਉਹ ਕਿੰਨੀ ਮਹਾਨ ਕੌਮ ਦੇ ਵਾਰਸ ਨੇ, ਕਿੰਨੇ ਅਮੀਰ ਵਿਰਸੇ ਦੇ ਮਾਲਕ ਨੇ, ਅਤੇ ਕਿੰਨੀਆਂ ਸ਼ਹਾਦਤਾਂ ਤੋਂ ਬਾਅਦ, ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ ਇਹ ਸਿੱਖੀ ਦਾ ਤਾਜ ਮਿਲਿਆ ਹੈ, ਸਾਨੂੰ ਇਹ ਖਾਲਸਾ ਰਾਜ ਮਿਲਿਆ ਸੀ, ਜੋ ਅੱਜ ਮੁੜ ਕੋਚੀਆਂ ਚਾਲਾਂ ਚੱਲ ਕੇ ਕੁਝ ਗੱਦਾਰਾਂ ਨੇ ਸਿੱਖਾਂ ਦੇ ਹੱਥਾਂ ਵਿੱਚੋਂ ਖੋਹਿਆ ਹੈ। ਅਤੇ ਹੁਣ ਤਾਂ ਆਲਮ ਇਹ ਹੋ ਗਿਆ ਹੈ ਕਿ ਸਿੱਖਾਂ ਦੇ ਇਤਿਹਾਸਿਕ ਅਸਥਾਨ ਤੱਕ ਇਹ ਮਲੀਆਂ ਮੇਟ ਕਰੀ ਜਾਂਦੇ ਨੇ, ਉਹਨਾਂ ਉੱਤੇ ਵੀ ਬਲਡੋਜ਼ਰ ਚਲਾਈ ਜਾਂਦੇ ਨੇ, ਢਹਿ ਢੇਰੀ ਕਰੀ ਜਾਂਦੇ ਨੇ। ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।